ਨਕੋਦਰ ਵਿਖੇ ਬਾਬਾ ਮੁਰਾਦਸ਼ਾਹ ਜੀ ਦੇ ਮੇਲੇ ਦੀ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਜਿਵੇਂ ਕਿ ਤੁਹਾਨੂੰ ਪਤਾ ਹੈ, ਕੋਵਿਡ ਕਰਕੇ ਪ੍ਰਸ਼ਾਸਨ ਨੇ ਦਰਬਾਰ ਵਿੱਚ ਪਹੁੰਚਣ ਵਾਸਤੇ ਕੁਝ ਹਿਦਾਇਤਾਂ ਜਾਰੀ ਕੀਤੀਆਂ ਹਨ, ਜਿਵੇਂ ਕਿ ਦੋਨੋਂ ਵੈਕਸੀਨ ਲੱਗੀਆਂ ਹੋਣੀਆਂ ਜ਼ਰੂਰੀ ਹਨ ਅਤੇ ਨਾਲ ਹੀ ਜੇਕਰ ਵੈਕਸੀਨ ਨਹੀਂ ਲੱਗੀ ਤਾਂ ਕੋਵਿਡ ਦੀ 72 ਘੰਟੇ ਪੁਰਾਣੀ ਨੈਗੇਟਿਵ ਰਿਪੋਰਟ ਹੋਣੀ ਜ਼ਰੂਰੀ ਹੈ। ਜੇਕਰ ਤੁਸੀਂ ਰਿਪੋਰਟ ਤੋਂ ਬਿਨਾਂ ਪਹੁੰਚ ਗਏ ਹਾਂ ਤਾਂ ਨਕੋਦਰ ਵਿਖੇ ਸਬਜ਼ੀ ਮੰਡੀ ਸਰਕਾਰੀ ਸਕੂਲ ਵਿੱਚ ਕਰੋਨਾ ਟੈਸਟ ਕੀਤੇ ਜਾ ਰਹੇ ਹਨ। ਉੱਥੇ ਤੁਸੀਂ 24 ਘੰਟੇ ਵਾਲੀ ਕੋਵਿਡ ਦਾ ਟੈਸਟ ਕਰਵਾ ਕੇ ਦਰਬਾਰ ਵਿੱਚ ਐਂਟਰੀ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਸਾਡੇ ਚੈਨਲ ਪੰਜਾਬ ਲਾਈਵ ਟੀਵੀ ਨਾਲ ਜੁੜੇ ਰਹੋ। ਅਸੀਂ ਤੁਹਾਨੂੰ ਹੋਰ ਵੀ ਅਪਡੇਟ ਲਗਾਤਾਰ ਦਿੰਦੇ ਰਹਾਂਗੇ। ਧੰਨਵਾਦ। ਸਜਾਈਆਂ ਨੇ ਸਰਕਾਰ ਵਾਸਤੇ, ਰੱਬ ਮੈਂ ਫਲਾਂ।